ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਮੈਂ ਰਤਨਦੀਪ ਸਿੰਘ ਧਾਲੀਵਾਲ ਅਸੀਂ ਇੱਥੇ ਮੌਜੂਦ ਹਾਂ ਕੁੰਡਲੀ ਬਾਰਡਰ ਜਿੱਥੇ ਲੱਗਿਆ ਹੋਇਆਗਾ ਧਰਨਾ ਕਿਸਾਨਾਂ ਨੇ ਪੱਕੇ ਮੋਰਚੇ ਲਾਤੇ ਦਿੱਲੀ ਦੀ ਹਿੱਕ ਉੱਤੇ ਚੜੇ ਬੈਠੇ ਆ ਕਿਸਾਨ ਪਰ ਇੱਕ ਚੀਜ਼ ਜੋ ਵਿਲੱਖਣਤਾ ਹੁੰਦੀ ਆ ਪੰਜਾਬੀਆਂ ਦੇ ਧਰਨਿਆਂ ਵਿੱਚ ਉਹ ਹੁੰਦੀ ਆ ਸੇਵਾ ਦੀ ਲੰਗਰ ਦੀ ਤੇ ਜੇ ਆਪਾਂ ਸਾਰੀ ਦੁਨੀਆ ਦੀ ਗੱਲ ਕਰਦੇ ਆ ਉਸ ਨੂੰ ਇੱਕ ਵੱਖਰਾ ਰੂਪ ਦਿੱਤਾ ਗਾ ਲੰਗਰ ਨੂੰ ਸਰਦਾਰ ਰਵੀ ਸਿੰਘ ਨੇ ਸਰਦਾਰ ਰਵੀ ਸਿੰਘ ਜਾਣੇ ਜਾਂਦੇ ਨੇ ਤੇ ਜਿਨ੍ਹਾਂ ਨੇ ਸਿੱਖ ਕੌਮ ਦਾ ਨਾਮ ਬਹੁਤ ਉੱਚਾ ਕੀਤਾ ਗਾ ਅਸੀਂ ਮਾਨ ਨਾਲ ਕਹਿ ਸਕਦੇ ਹਾਂ ਵੀ ਸਰਦਾਰ ਰਵੀ ਸਿੰਘ ਜੀ ਸਾਡੇ ਹੀਰੋ ਨੇ ਤੇ ਉਹਨਾਂ ਦੇ ਹੀ ਜੇ ਆਪਾਂ ਕਹਿ ਦਈਏ ਵੰਸ਼ਜ ਕਹਿ ਦਈਏ ਜਾਂ ਉਹਨਾਂ ਤੋਂ ਹੀ ਪ੍ਰੇਰਣਾ ਲੈ ਕੇ ਜੋ ਇੰਡੀਆ ਦੇ ਡਾਇਰੈਕਟਰ ਨੇ ਖਾਲਸਾ ਏਡ ਦੇ ਜੋ ਇੰਡੀਆ ਦੇ ਵਿੱਚ ਸਾਰਾ ਕੁਝ ਦੇਖਦੇ ਨੇ ਜਾਂ ਆਪਾਂ ਕਹਿ ਦਈਏ ਏਸ਼ੀਆ ਦੇ ਵਿੱਚ ਸਾਰਾ ਕੁਝ ਦੇਖਦੇ ਨੇ ਸਰਦਾਰ ਅਮਰਪ੍ਰੀਤ ਸਿੰਘ ਜੀ ਅਮਰਪ੍ਰੀਤ ਸਿੰਘ ਜੀ ਸਾਡੇ ਨਾਲ ਨੇ ਕਰਦੇ ਆ ਗੱਲਬਾਤ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਅਮਰ ਜੀ ਸੇਵਾ ਚੱਲ ਰਹੀ ਆ ਹਰ ਥਾਂ ਤੁਸੀਂ ਲੰਗਰ ਲਾਉਣੇ ਹੋ ਜਿੱਥੇ ਵੀ ਕੁਝ ਵੀ ਹੁੰਦਾ ਸੁਨਾਮੀ ਆਵੇ ਤੂਫਾਨ ਆਵੇ ਕੋਵਿਡ ਦੇ ਵਿੱਚ ਵੀ ਆਪਾਂ ਦੇਖਿਆ ਇੱਥੇ ਵੀ ਦੇਖਿਆ ਪਰ ਮੈਂ ਆਪਾਂ ਅੱਜ ਥੋੜ੍ਹੀ ਜਿਹੀ ਮੁੱਦੇ ਦੀ ਗੱਲ ਕਰਾਂਗੇ ਹਾਂਜੀ ਹਾਂਜੀ ਜਿਹੜਾ ਇਹ ਮਤਲਬ ਧੱਕਾ ਕਰ ਰਹੀ ਹੈ ਸੈਂਟਰ ਸਰਕਾਰ ਜਾਂ ਵਧੀਕੀਆਂ ਪਹਿਲਾਂ ਤੋਂ ਹੁੰਦੀਆਂ ਇਹਨਾਂ ਗੀਆਂ ਪਰ ਜਿਹੜਾ ਇਦਾਂ ਦਾ ਧੱਕਾ ਵੱਡੇ ਹਾਈਵੇ ਤੱਕ ਪੱਟ ਦਿੱਤੇ ਗਏ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਵਿੱਚ ਕਿਤੇ ਇਹੋ ਜਿਹੀ ਚੀਜ਼ ਹੋਈ ਹੋਊਗੀ ਇਹਨਾਂ ਤੋਂ ਕੀ ਖਤਰਾ ਗਾ ਬਈ ਖਤਰਾ ਇਹਨਾਂ ਦੇ ਜਨੂਨ ਤੋਂ ਹੈ ਖਤਰਾ ਇਹਨਾਂ ਦੀ ਸੋਚ ਤੋਂ ਹੈ ਖਤਰਾ ਇਹਨਾਂ ਦੇ ਪੈਸ਼ਨ ਤੋਂ ਹੈ ਕਿ ਇੰਨਾ ਜਿਹੜਾ ਹੁੰਗਾਰਾ ਮਿਲ ਰਿਹਾ ਮਤਲਬ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖ ਰਿਹਾ ਇੰਨਾ ਇਕੱਠ ਅਸੀਂ ਸਭਾਵਾਂ 'ਤੇ ਵੀ ਜਾਈਦਾ ਫਤਿਹਗੜ੍ਹ ਸਾਹਿਬ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਅਤੇ ਉਸ ਤੋਂ ਵੀ ਕਿੰਨੇ ਗੁਣਾ ਜ਼ਿਆਦਾ ਇਕੱਠ ਅੱਜ ਸਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਸੋ ਇਹ ਖਤਰਾ ਸਿਰਫ ਇਹਨਾਂ ਦੇ ਜਨੂਨ ਤੋਂ ਹੈ ਪੰਜਾਬੀਆਂ ਦੇ ਜੀ ਜੀ ਜੇ ਆਪਾਂ ਬਾਈ ਹੋਰ ਗੱਲ ਕਰਦੇ ਹਾਂ ਵੱਖੋ ਵੱਖ ਜਥੇਬੰਦੀਆਂ ਬੈਠੀਆਂ ਗੀਆਂ ਪੰਜਾਬ ਹਰਿਆਣਾ ਯੂਪੀ ਸਾਰੇ ਜਣੇ ਮਿਲ ਕੇ ਬੈਠ ਗਏ ਹਜੇ ਤੱਕ ਸਰਕਾਰ ਦੇ ਕੰਨ 'ਤੇ ਜੂ ਨਹੀਂ ਸਰਕੀ ਕੀ ਤੁਹਾਨੂੰ ਲੱਗਦਾ ਗਾ ਵੀ ਉਹਨਾਂ ਨੂੰ ਇਹ ਆ ਵੀ ਅਸੀਂ ਤੋੜ ਲਾਂਗੇ ਇਹਨਾਂ ਨੂੰ ਜਾਂ ਬੈਠੇ ਰਹਿਣ ਤੋਂ ਬਈ ਦੇਖੋ ਇਹ ਤਾਂ ਵੈਸੇ ਹੈ ਤਾਂ ਸਿਆਸਤਦਾਨਾਂ ਦੀ ਪਲੈਨਿੰਗ ਚੱਲਦੀ ਹੋਣੀ ਜ਼ਰੂਰ ਵੀ ਕੀ ਕਰਨਾ ਚਾਹੀਦਾ ਉਠਾਉਣ ਲਈ ਪਰ ਜਿਹੜਾ ਇਹਨਾਂ 'ਚ ਜਨੂੰਨ ਹੈ ਨਾ ਜਨੂੰਨ ਦੇ ਅੱਗੇ ਦਿਮਾਗ ਵੀ ਨਹੀਂ ਚੱਲਦਾ ਕਈ ਵਾਰ ਜੀ ਜੋ ਜਿੰਨਾ ਮਰਜ਼ੀ ਤੁਸੀਂ ਪਲੈਨਿੰਗ ਬਣਾ ਲਓ ਬੈਠ ਕੇ ਬੰਦ ਕਮਰਿਆਂ ਦੇ ਵਿੱਚ ਪਰ ਜੋ ਇਹਨਾਂ ਦੇ ਸੋਚ ਲੈ ਕੇ ਤੁਰੇ ਨੇ ਜਿਸ ਹਿਸਾਬ ਸਿਰ ਟਰਾਲੀਆਂ ਦੇ ਟਰਾਲੀਆਂ ਲੰਗਰ ਦੀਆਂ ਭਰੀਆਂ ਰਾਸ਼ਨ ਦੀਆਂ ਭਰੀਆਂ ਅਤੇ ਜੋ ਇਹਨਾਂ 'ਚ ਯੂਥ 'ਚ ਪੈਸ਼ਨ ਹੈ ਨਾ ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜੀ ਪਲੈਨਿੰਗ ਵੀ ਹੋਏਗੀ ਇਸ ਦੇ ਅੱਗੇ ਕਾਮਯਾਬ ਹੋਏਗੀ ਸੋ ਮੈਨੂੰ ਲੱਗਦਾ ਕਿ ਸਮੇਂ ਦੇ ਅਨੁਸਾਰ ਸਮੇਂ ਦੇ ਜੋ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਨੂੰ ਅਸੈਪਟ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਬੈਠ ਕੇ ਜੋ ਤੁਹਾਡੀਆਂ ਮੰਗਾਂ ਨੇ ਅਸੀਂ ਮੰਨ ਲਈਏ ਕਿਉਂਕਿ ਅਸੈਪਟੈਂਸ ਬਹੁਤ ਜ਼ਰੂਰੀ ਹੈ ਇਸ ਮੈਟਰ ਦੇ ਉੱਤੇ ਜਦ ਤੱਕ ਅਸੈਪਟ ਨਹੀਂ ਕਰਨਗੇ ਉਹ ਕਨਫਲਿਕਟ ਵਧੂ ਜੂਗਾ ਦੋਨੇ ਪਾਸਿਓਂ ਇੱਧਰੋਂ ਆਪਣੇ ਪੰਜਾਬੀ ਵੀ ਅੜੇ ਰਹਿਣਗੇ ਉੱਧਰੋਂ ਸਰਕਾਰ ਵੀ ਅੜੇ ਰਹੂਗੀ ਨੁਕਸਾਨ ਕਿਤੇ ਨਾ ਕਿਤੇ ਦੋਵੇਂ ਧਿਰਾਂ ਦਾ ਹੀ ਹੋਣਾ ਸੋ ਬੈਟਰ ਹੈ ਕਿ ਸਰਕਾਰ ਨੂੰ ਅਸੈਪਟ ਕਰ ਲੈਣਾ ਚਾਹੀਦਾ ਸਮੇਂ ਸਿਰ ਜੀ ਜੀ ਜੇ ਆਪਾਂ ਹੁਣ ਗੱਲ ਕਰਦੇ ਹਾਂ ਸਰਦਾਰ ਰਵੀ ਸਿੰਘ ਜੀ ਦੀ ਸਾਰੇ ਕਿਤੇ ਲੰਗਰ ਚੱਲਦੇ ਆ ਸੇਵਾ ਹੁੰਦੀ ਆ ਤੁਹਾਡੀ ਉਹਨਾਂ ਨਾਲ ਇਸ ਮੁੱਦੇ ਦੇ ਉੱਤੇ ਵੀ ਗੱਲਬਾਤ ਹੁੰਦੀ ਰਹਿੰਦੀ ਹੋਊਗੀ ਉਹਨਾਂ ਦੀਆਂ ਅਸੀਂ ਪੋਸਟਾਂ ਵੀ ਦੇਖਦੇ ਹਾਂ ਉਹ ਵੀ ਬੜੇ ਚਿੰਤਤ ਨੇ ਖਾਸ ਕਰਕੇ ਪੰਜਾਬੀਆਂ ਦੇ ਲਈ ਤਾਂ ਉਹ ਬਹੁਤ ਜ਼ਿਆਦਾ ਚਿੰਤਤ ਨੇ ਉਹ ਇੱਦਾਂ ਨਹੀਂ ਵੀ ਬਹੁਤ ਲੋਕ ਕਹਿ ਦਿੰਦੇ ਆ ਵੀ ਸਿੱਖਾਂ ਲਈ ਜਾਂ ਇੱਦਾਂ ਸਾਰੇ ਪੰਜਾਬੀਆਂ ਦੇ ਲਈ ਉਹ ਬਹੁਤ ਚਿੰਤਤ ਨੇ ਉਹ ਕੀ ਕਹਿ ਰਹੇ ਨੇ ਕੀ ਦੇਖ ਰਹੇ ਨੇ ਕੀ ਤਸਵੀਰ ਦੇਖੋ ਭਾਅ ਜੀ ਜਿਵੇਂ ਬਾਹਰ ਬੈਠੇ ਨੇ ਯੂਕੇ ਦੇ ਵਿੱਚ ਪਰ ਉਹਨਾਂ ਦਾ ਦਿਲ ਤੇ ਦਿਮਾਗ ਇਸ ਟਾਈਮ ਪੰਜਾਬ ਦੇ ਵਿੱਚ ਹੀ ਆ ਮਤਲਬ 24/7 ਉਹ ਇਹੀਓ ਸੋਚ ਰਹੇ ਨੇ ਵੀ ਕੀ ਚੱਲ ਰਿਹਾ ਉੱਥੇ ਕਿਵੇਂ ਚੱਲ ਰਿਹਾ ਰੋਜ਼ ਗੱਲਬਾਤ ਜਿਵੇਂ ਹੁੰਦੀ ਆ ਸੋ ਉਹਨਾਂ ਦਾ ਵੀ ਇਹੀ ਕੰਸਰਨ ਹੈ ਕਿ ਗੌਰਮੈਂਟ ਨੂੰ ਇਹ ਚੀਜ਼ ਮੰਨਣੀ ਚਾਹੀਦੀ ਹੈ ਜੋ ਇਹਨਾਂ ਦੇ ਮੁੱਦੇ ਨੇ ਪਰ ਇੱਕ ਦੁੱਖ ਦੀ ਗੱਲ ਬਾਈ ਇਹ ਵੀ ਹੁੰਦੀ ਆ ਅਸੀਂ ਡਿਸਕਸ ਕਰਦੇ ਸੀ ਆਪਸ ਦੇ ਵਿੱਚ ਕਈਆਂ ਨੇ ਬੜੇ ਟ੍ਰੋਲ ਵੀ ਬਣਾਏ ਕਿ ਯਾਰ ਇਹ ਤਾਂ ਵਿਹਲੇ ਨੇ ਕਿਸਾਨ ਜਿਹੜੇ ਉਰੇ ਆ ਕੇ ਟਰਾਲੀਆਂ ਲਾ ਕੇ ਬਹਿ ਗਏ ਪਰ ਬੜਾ ਦੁੱਖ ਲੱਗਦਾ ਕਿ ਯਾਰ ਇੱਕ ਪਰਿਵਾਰ ਅਸੀਂ ਆਪ ਵੀ ਕਦੋਂ ਘਰੋਂ ਬਾਹਰ ਜਾਣਾ ਹੁੰਦਾ ਨਾ ਪੂਰੀ ਪ੍ਰੈਪਰੇਸ਼ਨ ਦੇ ਨਾਲ ਜਾਂਦੇ ਹਾਂ ਅਤੇ ਇਹ ਇੱਕ ਆਪਣੇ ਇਹਨਾਂ ਦੇ ਅੰਦਰ ਇਮੋਸ਼ਨਸ ਨੇ ਜਿਹੜੇ ਆਪਣੇ ਖੇਤੀ ਨੂੰ ਲੈ ਕੇ ਇਹ ਕਿਰਤੀ ਸਿੱਖ ਨੇ ਕਿਰਤੀ ਪੰਜਾਬੀ ਨੇ ਆਪਣੀ ਕਿਰਤ ਕਰਕੇ ਕਮਾਉਂਦੇ ਇਹਨਾਂ ਦੀ ਕਿਰਤ ਦੇ ਉੱਤੇ ਜਦੋਂ ਧੱਕਾ ਹੋ ਰਿਹਾ ਅਤੇ ਇਹਨਾਂ ਤੋਂ ਪੁੱਛ ਕੇ ਤਾਂ ਦੇਖੋ ਤੁਸੀਂ ਅਗਰ ਪੁੱਛਣਾ ਹੀ ਨਹੀਂ ਤਾਂ ਫਿਰ ਇਹ ਟ੍ਰੋਲ ਕਰਨੇ ਤਾਂ ਆਈ ਥਿੰਕ ਇਹਨਾਂ ਨੂੰ ਹੋਰ ਉਕਸਾਉਣ ਵਾਲੀ ਗੱਲ ਹੈ ਜੀ 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 ਤੁਸੀਂ ਵੀ ਲੰਗਰ ਦੀ ਵਿਵਸਥਾ ਕਰਦੇ ਹੋ ਪਰ ਕਿਸਾਨਾਂ ਨੇ ਵੀ ਕਰੀ ਹੋਈ ਆ ਤੁਸੀਂ ਇੱਦਾਂ ਦਾ ਪਹਿਲਾਂ ਚੀਜ਼ ਦੇਖੀ ਸੀ ਇੱਦਾਂ ਪਹਿਲਾਂ ਕਿਸਾਨਾਂ ਦੇ ਧਰਨਿਆਂ ਨੂੰ ਦੇਖਿਆ ਸੀ ਕਿ ਨਹੀਂ ਕਿਸਾਨਾਂ ਦੇ ਧਰਨਿਆਂ ਨੂੰ ਪਿਛਲੇ 2 ਮਹੀਨੇ ਜਦੋਂ ਆਰਡੀਨੈਂਸ ਆਇਆ ਤਾਂ ਹੀ ਅਸੀਂ ਫਸਟ ਟਾਈਮ ਇਨਵੋਲਵ ਹੋਏ ਹਾਂ ਪਰ ਇਸ ਤੋਂ ਪਹਿਲਾਂ ਕਿਸਾਨਾਂ ਦੇ ਕਦੇ ਕੋਈ ਇਦਾਂ ਫਸਲ ਤਬਾਹ ਹੋ ਗਈ ਤਾਂ ਗਏ ਹਾਂ ਬਟ ਧਰਨਿਆਂ ਦੇ ਵਿੱਚ ਪਹਿਲੀ ਵਾਰ ਮੌਕਾ ਮਿਲਿਆ ਪਰ ਇਸ ਵਾਰ ਜਿਹੜੀ ਇਹ ਦਿੱਲੀ ਤਿਆਰੀ ਕਰਕੇ ਆਏ ਨੇ ਇਹ ਤਾਂ ਮਤਲਬ ਸ਼ੌਕਿੰਗ ਹੈ ਵੀ ਮਤਲਬ ਆਈ ਓਪਨਰ ਹੈ ਸਾਡੇ ਲਈ ਕਿ ਯਾਰ ਇੰਨੀ ਤਿਆਰੀ ਇਹਨਾਂ ਦੀ ਪਰ ਜਿਵੇਂ ਕਿਸਾਨ ਜਥੇਬੰਦੀਆਂ ਨਾਲ ਰਾਬਤਾ ਹੋਇਆ ਜਾਂ ਕਿਸਾਨ ਵੀਰ ਸਾਡੇ ਕੋਲ ਆਏ ਜਾਂ ਅਪਰੋਚ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਚੀਜ਼ਾਂ ਦੀ ਇੱਥੇ ਕਮੀ ਆ ਰਹੀ ਹੈ ਕਿਉਂਕਿ ਹੁਣ ਇਹ ਬਲੌਕ ਹੋ ਚੁੱਕਿਆ ਸਾਰਾ ਰਸਤਾ ਇਹਨਾਂ ਨੂੰ ਚਾਹ ਜ਼ਰੂਰ ਚਾਹੀਦੀ ਹੈ ਦੁੱਧ ਚਾਹੀਦਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਚਾਹੀਦਾ ਸਾਫ਼ ਪਾਣੀ ਚਾਹੀਦਾ
तो असी उन्हां चीज़ों पर फोकस करके असी उस तरह की व्यवस्था करा रहे हैं। बाकी खाण पीण का राशन तो इन्हां कोल भी बहुत है जी। जी 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 आप वैसे खालसा एड की भी मैनेजमेंट बहुत तगड़ी आ, सारा प्लैन नाल काम हुंदा गा। तुसी कोई चीज़ इन्हां तो सीखी होवे भी हाँ आह चीज़ सानू भी करनी चाहिए, कोई वक्री चीज़ होवे? अस तो आप कहने भी जिवें इन्हां ने ट्रालियां भरियां, असी खालसा एड नूं जहाज लेने चाहिए ने अपने, भी जहाज इदां दे तैयार पर तैयार रहण भी कदे भी कितें कोई लोड होवे दुनिया दे विच ते साडे खालसा एड दे जहाज ही जाण, भी उह समान दे लोड होण जिवें किसानां ने लोड कीते होईआं अपनी ट्रालियां। जी 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 मतलब सीखने को तो ओबियसली छोटी छोटी चीज़ तो मिलता है, ईवन ये सीखने को मिलता है कि असी साडी वॉलंटियर्स की टीम तकरीबन 100 वॉलंटियर लग्या, बट इतने इस टाइम 100 तो भी वध बंदा काम कर रहा है, तो जिहड़ा वध बंदा काम कर रहा है वो सारे किसान ही ने, वो आप ही आके साडे नाल हैल्प करा रहे हैं भी तुसी साडे लई बना रहे हो, असी आप तुहाडे नाल खड़े हैं। सो ये चीज़ा ओबियसली एक दूजे तो कोई ना कोई सीखता ही रहिंदा जी। जी जी खालसा एड की जे जिथे गल हुंदी आ, जे आपां दूजे पासे सेंटर गवर्नमेंट देखदे आ कितें ना कितें थोड़ा बहुत डिस्प्यूट भी चलता गा, चाहे वह लोगों के सामने चीज़ा नहीं आउंदियां, हुण कोई मुश्किल आई है भी इत्थे? मुश्किल तो भाई बाद आनी है, अजे तो नहीं, अजे तो किसान भरा सारे खालसा एड इन्ना प्यार दे रहे हैं, सपोर्ट दे रहे हैं। जदों बैक टू ऑफिस जाना है तो पता भी किसी ना किसी तरीके, क्योंकि यू नो जदों इन्ने वड्डे लैवल पर तुसी काम करना है, कई बार असी हुण जिवें बंगलादेश गए या कितें होर कोई प्रोजेक्ट ते गए, पंजाब हट दे विच गए, तो इंटैलीजेंस CID मतलब ये आम चीज़ा बनाई हुई हैं, इन्होंने ऑफिस आके विजिट करना, क्योंकि दुख की गल इतें आँदी है कि असी हर एक धर्म को बराबर के लैवल पर देखते हैं, हर एक धर्मां लई नाल खड़े हैं, इंसानियत के नाते खड़े हैं, पर जदों खालसा एड नूं इस अख नाल देखा जाए तो मतलब बहुत मतलब सानू दुख लगता है कि ये क्यों सानू शक्ति निगाह नाल देख रहे हैं। सो राइट नाउ हजे तक तो सारा कुछ गुरु कृपा बहुत चढ़ती कला चल रहा है, बाकी अगों देखांगे कि किदां दी मुश्किल आउंदियां ने। जी जी अमरप्रीत जी, जिहड़ा पैसे वाला सप्प हुंदा गा वो बड़ा खतरनाक हुंदा गा, तुसीं कहिंदे इत्थे बंदूकां चक्की फिरदे हो, पर गल आउंदी है भी जिहड़ा पैसा गा कित्थों आ रहा है, किहे इनसान उतर आए हैं, जिहड़े अंबानी अडानियां नालों भी तकड़िया एडा तकड़ा लंगर चल रहा है हैं, वो पैसे कमाण ते हो रहे हैं, पैसा वंडण ते हो रहे हैं, जिहड़ी वो चीज़ आ फिर पूरी वेरीफिकेशन करती है गवर्नमेंट भी ये चीज़ रोले जांदे भाई। मेन जिहड़ा कह लो कि हर एक जिहड़ी जथेबंदी हुंदी है ना उसका जिहड़ा रीढ़ की हड्डी है वह होंगी है फाइनेंसिस है ना, तो उस तो बाद जो जथेबंदी टुटती भी है तो भी रीढ़ की हड्डी टुटती है तो जथेबंदी टुटती है। सो पैसा बहुत जो आप ही कहा भी बहुत वड्डा मैटर प्ले करती है। सो सरकारां दी निगाहां भी साढ़े ते हुंदियां ने कि यह पैसा इन्हां नूं डोनेट कितों आ रहा है, कौन डोनेशन दिंदा है, साढ़े ऑडिट्स हुंदे ने, साढ़े चैकिंग हुंदी है हर साल। सो मालक की कृपा नाल असीं उस पक्षों पूरा ऑफिशियली प्रोफेशनल वे च अपना मेनटेन करते हैं, तो सबमिशन जो सरकारां मंगदियां वो रिकॉर्ड दिंदे आ, और ईवन इत्थे भी जदों हुण कई वार साडा की खालसा एड इंडिया का एक सैटअप इदां दा है कि असी कैश डोनेशन नहीं एक्सैप्ट करते, भी जे किसी ने हुण इत्थों भी बड़े भरा आए आ पैसे ले लो जी सेवा च पा लो, असी कहने कि नहीं आ साडा खाता आ साडा पेटीएम है तुसीं इस च पा दो, बट असी कैश नहीं फड़ना, किसी भी सेवादार नूं नहीं फड़ाउणा, ये असी अपने सोशल मीडिया के माध्यम राही भी दसदे आ, कोई देण भी आंदा तां भी दसदे आ, तो इस चीज़ के नाल की है कि मतलब होर स्ट्रोंग होंगी है जथेबंदी, तो लोगों को भी पता लगता है कि इतने पारदर्शिता हैगी है, विश्वास भी है। बिल्कुल 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 तुम टाइम दिता तो धन्यवाद, तो मैं उम्मीद करूँगा भी असं भी किसी दिन तुहाडे अर्गे बनीए, तुहाडे वांगू खालसा एड नाल जुड़ के असी भी सेवा करन दे लायक बनीए, मालक सानू भी समत बख्शे, धन्यवाद। बहुत बहुत शुक्रिया तुहाडा, तुहाडे चैनल का मैं तुहाडे इंटरव्यूज़ बहुत सुनदा और बहुत वधिया लगदी है कि जिस हिसाब से तुसी इन्नी वधिया जर्नलिज्म कर रहे हो, इन्ने वधिया क्वेश्चन पुट करदे हो, सो महाराज तुहाडे चैनल नू भी चढ़दी कला बख्शो, धन्यवाद बहुत सर।